ਜ਼ੀਰਾ ਨੇੜੇ ਪਿੰਡ ਸਾਹਿਬਜ਼ਾਦਾ ਸੰਤ ਸਿੰਘ ਮਲਸੀਆਂ ਦੇ ਆਦਰਸ਼ ਸਕੂਲ ਵਿੱਚ ਪਿੰਡ ਵਾਸੀਆਂ ਵੱਲੋਂ ਮਰਹੂਮ ਸੰਤ ਸਿੰਘ ਸਾਹਿਬਜ਼ਾਦਾ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਉਹਨਾਂ ਦੇ ਦੋਹਤੇ ਲੈਫਟੀਨੈਂਟ ਕਰਨਲ ਤੇਜਿੰਦਰ ਸਿੰਘ ਸ਼ੇਰਗਿੱਲ ਅਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਅਮਿਤ ਗੁਪਤਾ ਐਸਟੀਐਮ ਜ਼ੀਰਾ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਰਨਲ ਸ਼ੇਰਗਿੱਲ ਨੇ ਆਪਣੇ ਨਾਨਾ ਜੀ ਦੀ ਸਮਾਧ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੌਰਾਨ ਪਿੰਡ ਵਾਸੀਆਂ ਨੇ ਉਹਨਾਂ ਨੂੰ ਪਿੰਡ ਵਿੱਚ ਖੇਡ ਅਕੈਡਮੀ ਬਣਾਉਣ ਲਈ ਬੇਨਤੀ ਕੀਤੀ। ਉਹਨਾਂ ਕਿਹਾ ਹੈ ਕਿ ਨਸ਼ਾ ਤਸਕਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕੇ। ਮੱਲਾਂਵਾਲਾ ਤੋਂ ਹਰਪਾਲ ਸਿੰਘ ਦੀ ਰਿਪੋਰਟ। ਸਰਦਾਰ ਲਕਸ਼ਮਣ ਸਿੰਘ ਡਰੱਗ ਦਾ ਮਾਮਲਾ ਹੈਗਾ, ਸੈਂਟਰ ਦੇ ਵਿੱਚ ਉਹਨਾਂ ਨੇ ਸਟੀਅਰਿੰਗ ਕਮੇਟੀ ਬਿਠਾਈ ਹੋਈ ਹੈ ਜਿਹਦੇ 4 ਮੈਂਬਰ ਨੇ, ਔਰ ਉਹ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਦਾ ਜਿਹੜਾ ਹੈਗਾ ਚੇਅਰਮੈਨ ਹੈਗਾ ਹੈਲਥ ਮਿਨਿਸਟਰ, ਅਤੇ ਨਾਲ ਦੇ ਨਾਲ ਉਸ ਕਮੇਟੀ ਦੇ ਵਿੱਚ ਆਪਣੇ ਐਸਟੀਐਫ ਸਪੈਸ਼ਲ ਟਾਸਕ ਫੋਰਸ ਦੇ ਕਮਾਂਡਰ ਵੀ ਹੈਗੇ ਨੇ, ਆਪਣੇ ਸਿੱਧੂ ਸਾਹਿਬ ਹਰਪ੍ਰੀਤ ਸਿੰਘ ਸਿੱਧੂ ADG ਜਿਹੜੇ ਨੇ। ਹੁਣ ਡਰੱਗ ਦਾ ਜਿਹੜਾ ਮਸਲਾ ਹੈਗਾ ਉਹ ਇਸ ਤਰੀਕੇ ਦਾ ਹੈ ਕਿ ਇੱਕ ਤਾਂ ਗੱਲ ਹੁੰਦੀ ਹੈ ਇਨਫੋਰਸਮੈਂਟ ਦੀ, ਇਨਫੋਰਸਮੈਂਟ ਤੁਸੀਂ ਸਮਝਦੇ ਹੋ ਕਿ ਇਹ ਜਿਹੜੇ ਡਰੱਗ ਵਾਲੇ ਹੈਗੇ ਨੇ ਇਹਨਾਂ ਨੂੰ ਫੜਨਾ, ਨਾਲੇ ਡਰੱਗ ਜਿੱਥੋਂ ਹੀ ਆ ਰਹੀ ਹੈ ਉਹਨੂੰ ਬੰਦ ਕਰਨਾ, ਪਰ ਇਸ ਤੋਂ ਵੱਡੀ ਚੀਜ਼ ਜਿਹੜੀ ਹੈਗੀ ਹੈ ਸਾਡੇ ਜਵਾਨ ਜਿਹੜੇ ਨੇ, ਸਾਡੇ ਜਿਹੜੀ ਕੁੜੀਆਂ ਜਿਹੜੀ ਹੈਗੀਆਂ ਨੇ ਜਿਹੜੇ ਕਿ ਇਹਦੇ 'ਚ ਫਸ ਗਏ ਨੇ, ਉਹਨਾਂ ਨੂੰ ਕਿਵੇਂ ਕੱਢਣਾ ਔਰ ਕਿਵੇਂ ਉਹਨਾਂ ਨੂੰ ਫਿਰ ਸਮਾਜ ਦੇ ਵਿੱਚ ਸ਼ਾਮਿਲ ਕਰਨਾ ਤਾਂ ਕਿ ਉਹ ਸਹੀ ਕੰਮ ਜਿਹੜੇ ਹੈਗੇ ਨੇ ਉਹ ਆਪਣੇ ਕਰਨ ਲੱਗ ਪੈ। ਅਤੇ ਜਿਹੜੀ ਤਾਂ ਇਨਫੋਰਸਮੈਂਟ ਹੈਗੀ ਉਹ ਤਾਂ ਚੱਲਦੀ ਰਹੂ, ਪਰ ਦੂਜੀ ਜਿਹੜੀ ਗੱਲ ਹੈਗੀ ਉਹ ਸਮਾਜ ਦੀ ਗੱਲ ਹੈਗੀ, ਕਿਉਂਕਿ ਕਿਉਂਕਿ ਸਾਰੇ ਜਿਹੜੇ ਹੈਗੇ ਨੇ ਜਿਸ ਤਰ੍ਹਾਂ ਪਿੰਡ ਵਾਸੀ ਨੇ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਅਮਲੀ ਹੈ, ਕਿਹੜਾ ਡਰੱਗ ਪੀਂਦਾ, ਅਤੇ ਉਹਨਾਂ ਨੂੰ ਹੋਰ ਅੱਖਾਂ ਨਾਲ ਵਹਿੰਦੇ ਨੇ ਕਿ ਇਹ ਗਿਰਿਆ ਬੰਦਾ ਹੈ, ਪਰ ਜਦੋਂ ਉਹਦੀ ਟ੍ਰੀਟਮੈਂਟ ਹੋ ਜਾਂਦੀ ਹੈ ਔਰ ਵਾਪਸ ਪਿੰਡ 'ਚ ਸ਼ਾਮਿਲ ਹੁੰਦਾ ਹੈ, ਸਮਾਜ ਜਿਹੜਾ ਹੈਗਾ ਉਹਨੂੰ ਚੁੱਕਣਾ ਚਾਹੀਦਾ। ਸਰ ਕੀ ਟ੍ਰੀਟਮੈਂਟ ਸਥਾਪਿਤ ਕੀਤੇ ਗਏ ਨੇ ਔਰ ਬਾਕੀ ਵੀ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਕਈ ਹੈਗੇ ਨੇ, ਤੁਹਾਨੂੰ ਪਤਾ ਕਿ ਪ੍ਰਾਈਵੇਟ ਜਿਹੜੇ ਹੈਗੇ ਨੇ ਉਹ ਵੀ ਟ੍ਰੀਟਮ ਕਰ ਰਹੇ ਨੇ ਜੀ, ਉਹਨਾਂ ਨੂੰ ਵੀ ਨਾਲ ਲਾਇਆ ਹੋਇਆ ਜਿਹੜੇ ਸੱਚੇ ਨੇ ਸੁੱਚੇ ਨੇ। ਇਹ ਨਹੀਂ ਕਿ ਕੋਈ ਆਪਣਾ ਬੋਰਡ ਲਾ ਲਵੇ ਕਿ ਸਾਡਾ ਹਸਪਤਾਲ ਜਿਹੜਾ ਹੈਗਾ ਨਸ਼ੇ ਨੂੰ ਟ੍ਰੀਟਮੈਂਟ ਕਰਦਾ ਜੀ, ਇਹਦੇ 'ਚ ਸਮਾਜ ਦੀ ਇੱਕ ਗੱਲ ਹੈਗੀ।